ਬਿਸਮਿਲ੍ਲਾਹਿਰ੍ਰਹਿਮਾਨਿਰ੍ਰਹੀਮ ਅਸਲਾਮ ਅਲੈਕਮ ਦੋਸਤੋ, ਕੀ ਹਾਲ ਚਾਲ ਹੈ? ਮੈਂ ਹੁਣ ਤੁਹਾਡਾ ਮੇਜ਼ਬਾਨ ਮੁਹੰਮਦ ਜੁਵੇਦ ਜੋਈਆ, ਅਤੇ ਤੁਸੀਂ ਦੇਖ ਰਹੇ ਹੋ ਪਿਆਰਾ ਪੰਜਾਬ ਟੀਵੀ। ਆਪਣੇ ਚੈਨਲ ਨੂੰ ਲਾਈਕ ਕਰੋ, ਸ਼ੇਅਰ ਕਰੋ ਔਰ ਸਬਸਕ੍ਰਾਈਬ ਕਰੋ ਔਰ ਬੈਲ ਆਈ ਅਕਾਊਂਟ ਦੇ ਮਾਰੋ ਹੱਥ, ਤਾਂ ਕਿ ਆਉਣ ਵਾਲੀ ਹਰ ਵੀਡੀਓ ਕਾ ਨੋਟੀਫਿਕੇਸ਼ਨ ਦੋਸਤਾਂ ਵੀਰਾਂ ਭਰਾਵਾਂ ਤੀਕਰ ਬਾ ਆਸਾਨੀ ਪਹੁੰਚੋ। ਦੋਸਤੋ ਵੀਰੋ ਭਰਾਓ, ਜਿਵੇਂ ਕਿ ਤੁਹਾਨੂੰ ਪਤਾ ਹੈ, ਪਿਆਰਾ ਪੰਜਾਬ ਟੀਵੀ ਤੁਹਾਡੇ ਵਾਸਤੇ ਅਨਮੋਲ ਤੋਹਫੇ ਲੈ ਕੇ ਆਉਂਦਾ ਹੈ। ਇਸੇ ਤਰੀਕੇ ਨਾਲ ਪਿਓਰ ਨੀਲੀ ਦੀ ਸ਼ਹਿਜ਼ਾਦੀ ਚੋਟੀ ਲੈ ਕੇ ਆਏ ਹਾਂ। ਦੋਸਤਾਂ ਵੀਰਾਂ ਭਰਾਵਾਂ ਵਾਸਤੇ ਗੁਜ਼ਾਰਿਸ਼ ਹੈ, ਵੀਡੀਓ ਨੂੰ ਅੱਵਲ ਤੋਂ ਲੈ ਕੇ ਅਤੇ ਐਂਡ ਤੀਕਰ ਸੁਣਨਾ, ਤਾਂ ਕਿ ਡੰਗਰ ਦੀ ਸਾਰੀ ਡਿਟੇਲ ਦਾ ਪਤਾ ਲੱਗੇ। ਜਿਨ੍ਹਾਂ ਦੋਸਤਾਂ ਵੀਰਾਂ ਭਰਾਵਾਂ ਨੇ ਹਜੇ ਤੀਕਰ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹਨਾਂ ਵਾਸਤੇ ਖਸੂਸੀ ਦਰਖਾਸਤ ਹੈ, ਆਪਣਾ ਚੈਨਲ ਆ ਪਿਆਰਾ ਪੰਜਾਬ ਟੀਵੀ, ਇਹਨੂੰ ਸਬਸਕ੍ਰਾਈਬ ਕਰਨਾ, ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ। ਲਾਈਕ ਸ਼ੇਅਰ ਦਾ ਕੋਈ ਪੈਸਾ ਨਹੀਂ ਹੁੰਦਾ, ਦੋਸਤਾਂ ਵੀਰਾਂ ਭਰਾਵਾਂ ਦਾ ਲਾਈਕ ਸ਼ੇਅਰ ਸਾਡੀ ਹੁੰਦੀ ਹੈ ਹੌਸਲਾ ਅਫਜ਼ਾਈ। ਕੈਮਰਾ ਮੈਂ ਝੋਟੀ ਦਾ ਅੰਗ ਅੰਗ ਵਾ ਦੇਣਾ, ਹਰ ਬੰਦੇ ਨੇ ਮਾਸ਼ਾਅੱਲਾ ਪੜ੍ਹਨੀ ਹੈ, ਮਾਸ਼ਾਅੱਲਾ ਇਹਨੂੰ ਕਹਿੰਦੇ ਨੇ ਮੁਸ਼ਕਿਲ ਵਾਲੇ ਹਵਾਨੇ। ਹਰ ਚੀਜ਼ ਕੈਮਰੇ ਦੀ ਨਜ਼ਰ ਏ, ਚੰਗੇ ਵੇਟ ਵਾਲੀ ਮਾਝੇ ਲੈਣ ਦੇਣ ਹੁੰਦੇ ਨੇ ਮੁਕੱਦਰ, ਅਤੇ ਲੈਣੀ ਸਾਡੇ ਉਸ ਵੀਰ ਦੇ ਜਿੰਦੇ ਹੋਈ ਮੁਕੱਦਰਾਂ 'ਚ, ਅਤੇ ਮਾਸ਼ਾਅੱਲਾ ਇਹਨੂੰ ਕਹਿੰਦੇ ਨੇ ਮੁਸ਼ਕਿਲ ਲਾਉਣੀਆਂ, ਮੁਸ਼ਕਿਲ ਵਾਲੇ ਹਵਾਨੇ। ਸੂ ਤੋਂ ਲੱਗ ਕੇ ਤੁੰਨੀ ਤੀਕਰ ਹਵਾਨਾ, ਫੁੱਟ ਹਵਾਨਾ ਚੌੜਾ, ਅਤੇ ਮਾਸ਼ਾਅੱਲਾ ਅੱਧਾ ਅੱਧਾ ਫੁੱਟ ਹਵਾਨਾ ਬਾਹਰ ਏ, ਲੈਣ ਦੇਣ ਮੁਕੱਦਰ ਫੁੱਲ ਖੂਨ ਪਿੱਛੇ, ਹਰ ਚੀਜ਼ ਕੈਮਰੇ ਦੀ ਨਜ਼ਰ ਏ। ਪਿਛਲੇ ਖੁਰ ਧੋਤੇ ਹੋਏ ਨੇ, 2.5 ਤੋਂ 3 ਫੁੱਟ ਲੰਮੀ ਗਰਦਨ, ਅਤੇ ਮਾਸ਼ਾਅੱਲਾ ਨਿੱਕੀ ਜੀ ਵੱਖੀ, ਹੱਥ ਰੱਖਿਆ ਵੱਖੀ ਲੁਕਦੀ ਏ, ਅਤੇ ਅੱਲਾਹ ਤਾਲਾ ਨੇ ਬੜਾ ਪਾਵਰ ਵਾਲਾ ਗੁੱਲਾ ਲਾਇਆ। ਜਿੰਨਾ ਮਾਸ਼ਾਅੱਲਾ ਹਵਾਨਾ ਅੱਗੇ ਆ, ਉਨਾ ਹਵਾਨਾ ਪਿੱਛੇ ਆ, ਲਾਟੂ ਵਾਲਾ ਥਣ ਲੱਗਿਆ ਹੋਇਆ, ਅਤੇ ਮਾਸ਼ਾਅੱਲਾ ਗਿੜ ਗਿੜ ਵਿਰਲਾਂ ਦੇ ਵਿੱਚ, ਲੈਣ ਦੇਣੇ ਮੁਕੱਦਰ, ਲੈਣੇ ਸਾਡੇ ਉਸ ਵੀਰ ਨੇ ਜਿੰਦੇ ਹੋਈ ਮੁਕੱਦਰਾਂ 'ਚ। ਕੱਚ ਦਾ ਬਣਿਆ ਖਲੋਣਾ, ਰੇਸ਼ਮ ਰੰਗਾ ਲਿਬਾਸ ਏ, ਇੱਕ ਅੱਡੀ ਦੀ ਮਾਲਕ, ਮਾਸ਼ਾਅੱਲਾ ਖੁੱਲ੍ਹਾ ਡੁੱਲਾ ਪੁੱਠਾ, ਇੱਕ ਘੋੜਾ ਅੱਡੀ, ਹਰ ਚੀਜ਼ ਕੈਮਰੇ ਦੀ ਨਜ਼ਰ ਏ। ਮਾਸ਼ਾਅੱਲਾ ਸ਼ਹਿਜ਼ੋਰ ਡਾਲੇ 'ਚ ਲਦੀਜ ਨਾਲੀ ਇਕੱਲੀ ਮਾਝੇ, ਹਰ ਚੀਜ਼ ਕੈਮਰੇ ਦੀ ਨਜ਼ਰ ਏ। ਅੱਲਾਹ ਤਾਲਾ ਨੇ ਬੜਾ ਪਾਵਰ ਵਾਲਾ ਗੁੱਲਾ ਲਾਇਆ, ਲਾਟੂ ਵਾਲਾ ਥਣ ਲੱਗਿਆ ਹੋਇਆ, ਗਿੱਠ ਗਿੱਠ ਵਿਰਲਾਂ ਦੇ ਨਾਲ ਏ, ਹਰ ਚੀਜ਼ ਕੈਮਰੇ ਦੀ ਨਜ਼ਰ ਏ। ਬਾਕੀ ਜਿਹੜੀ ਗੱਲਬਾਤ ਏ ਉਹ ਕਰਾਂਗੇ ਮਾਲਕ ਦੇ ਨਾਲ, ਵੀ ਇਸ ਟਾਈਮ ਕਿੰਨਵਾਂ ਵਾਰਾ ਡਿਲੀਵਰ ਕਰਨਾ, ਅਤੇ ਕਿੰਨੇ ਦਿਨ ਲੈਂਦੀ ਏ, ਕੀ ਇਹਦਾ ਰਿਕਾਰਡ ਏ। ਚਿੱਟੀਆਂ ਸਫੈਦ ਅੱਖਾਂ ਜਿਵੇਂ ਐਨਰਜੀ ਬਲਬ ਮੱਚਦਾ, ਬਰੀਕ ਬੂਥੀ, ਭਾਵੇਂ ਗਲਾਸ 'ਚ ਪਾਣੀ ਪਿਆ ਲਓ, ਮੱਥੇ ਤੋਂ ਹੈਗੀ ਏ ਬੱਲੀ, ਤੁੰਨੀ ਕੌਲੀ ਦਾ ਨਾਮੋ ਨਿਸ਼ਾਨੀ, ਹਰ ਚੀਜ਼ ਕੈਮਰੇ ਦੀ ਨਜ਼ਰ ਏ। ਅਤੇ ਮਾਸ਼ਾਅੱਲਾ ਹਵਾਨੇ 'ਤੇ ਚੀਨ ਦਾ ਨਿਸ਼ਾਨ ਬਣਿਆ ਹੋਇਆ, ਆਪਾਂ ਮਾ ਛੱਡ ਚੱਲਦੀ ਫਿਰਦੀ। ਦੋਸਤਾਂ ਵੀਰਾਂ ਭਰਾਵਾਂ ਦੇ ਸਾਹਮਣੇ ਸਾਡੇ ਕੋਈ ਦੋਸਤ ਵੀਰ ਭਰਾ ਇਹ ਨਾ ਆਖੇ ਇਹਦੇ ਪੈਰ 'ਚ ਕੰਡਾ ਜਾਂ ਲਗਾ ਕਰਦੇ ਏ, ਹਰ ਚੀਜ਼ ਕੈਮਰੇ ਦੀ ਨਜ਼ਰ ਏ। ਲੈਣ ਦੇਣੇ ਹੁੰਦੇ ਨੇ ਮੁਕੱਦਰ, ਲੈਣੇ ਸਾਡੇ ਉਸ ਵੀਰ ਨੇ ਜਿੰਦੇ ਹੋਈ ਮੁਕੱਦਰਾਂ 'ਚ। ਚੱਲਦੇ ਫਿਰਦੀ ਦੋਸਤਾਂ ਵੀਰਾਂ ਭਰਾਵਾਂ ਦੇ ਸਾਹਮਣੇ ਹੈਗੀ ਏ, ਅਤੇ ਹੁਣ ਬਾਕੀ ਜਿਹੜੀ ਗੱਲਬਾਤ ਏ ਉਹ ਕਰਾਂਗੇ ਮਾਲਕ ਦੇ ਨਾਲ, ਕਿ ਇਹਦੇ ਇਸ ਟਾਈਮ ਇਹ ਕਿੰਨੇ ਦਿਨ ਲੈਂਦੀ ਏ, ਕਿੰਨਵਾਂ ਇਹਨੇ ਵਾਰਾ ਡਿਲੀਵਰ ਕਰਨਾ, ਹਰ ਚੀਜ਼ ਦੀ ਡਿਟੇਲ ਲੈਣੀ ਆ ਮਾਲਕ ਤੋਂ। ਅਸਲਾਮ ਅਲੈਕਮ ਜੀ। ਵਾਲੇਕੁਮ ਸਲਾਮ ਭਾਈ ਜਾਨ। ਅੱਛਾ ਮੇਰਾ ਵੀਰ, ਆਪਣੀ ਹਰ ਗੱਲ ਦੀ ਹੁੰਦੀ ਪਈ ਰਿਕਾਰਡਿੰਗ। ਹਾਂਜੀ ਭਾਈ। ਤੇ ਇਹ ਜਿਹੜੀ ਮੱਝ ਕੈਮਰਾਮੈਨ ਦਿਖਾ ਰਿਹਾ ਇਸ ਵਕਤ, ਹਾਂਜੀ ਭਾਈ, ਇਹਨੇ ਮੇਰਾ ਵੀਰ ਕਿੰਨਵਾਂ ਵਾਰਾ ਡਿਲੀਵਰ ਕਰਨਾ? ਦੂਸਰਾ ਵਾਰਾ ਜੀ। ਅੱਛਾ ਜੀ, ਮਾਸ਼ਾਅੱਲਾ ਦੂਜਾ ਵਾਰਾ ਇਹਨੇ ਡਿਲੀਵਰ ਕਰਨਾ, ਠੀਕ ਹੋ ਗਿਆ ਜੀ। ਅੱਛਾ ਇਹ ਇਸ ਟਾਈਮ ਕਿੰਨੇ ਦਿਨ ਲੈ ਜਾਏਗੀ ਮੇਰਾ ਵੀਰ? ਤਕਰੀਬਨ 3-4 ਦਿਨ ਲੈਂਦੇ ਜੀ। ਅੱਛਾ, 3 ਤੋਂ 4 ਦਿਨ ਲੈ ਜਾਏਗੀ। ਹਾਂਜੀ, ਠੀਕ ਹੋ ਗਿਆ ਜੀ। ਅੱਛਾ ਮੇਰਾ ਵੀਰ, ਇਹ ਹੈਗੀ ਹੁਣ ਗੱਬਣ, ਗੱਬਣ ਚੀਜ਼ ਹੁੰਦੀ ਹੈ ਬੰਦ ਖਰਬੂਜ਼ਾ, ਆਪਣੇ ਘਰ ਦੀ ਏ? ਹਾਂਜੀ, ਆਪਣੇ ਘਰ ਦੀ ਜੀ। ਤੇ ਇਹਦਾ ਕੀ ਪਿਛਲੇ ਸੂਬੇ ਦਾ ਕੀ ਰਿਕਾਰਡ ਏ?
ਤੇ ਹੁਣ ਇਹਨੇ ਸਰ ਜੀ ਇਹ ਕਰਦੇ ਰਹੇ ਤਕਰੀਬਨ 13-14 ਲੀਟਰ ਮੱਝ। ਠੀਕ ਹੋ ਗਿਆ ਜੀ ਮਾਸ਼ਾਅੱਲਾ। ਹੈ ਵਾਕਈ ਖਾਸ ਦਰਿਆ ਦੇ ਸਰ ਸਾਡੀ ਇੰਨੀ ਸੋਚ। ਹਾਂਜੀ ਇਹ ਸਰ ਸਾਡੀ ਇੰਨੀ ਸੋਚ ਵੀ ਨਹੀਂ ਜਿੰਨਾ ਸਵਕਣਾ ਸੀ। ਮਾਸ਼ਾਅੱਲਾ ਜੀ 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 ਹਲੇ 3-4 ਦਿਨ ਲੈਂਦੇ ਹੋਰ ਵੀ ਅਖੀਰ ਕਰੇਗੀ। ਅੱਛਾ ਜੀ 3-4 ਦਿਨਾਂ ਚ ਮਾਸ਼ਾਅੱਲਾ ਯਾਨੀ ਕਿ ਹੋਰ ਵੀ ਅਖੀਰ ਕਰੇਗੀ। ਹਾਂਜੀ ਹਾਂਜੀ ਮਾਸ਼ਾਅੱਲਾ ਜੀ। ਪਿਛਲੇ ਸੂਬੇ ਦਾ ਰਿਕਾਰਡ ਯਾਨੀ ਕਿ 13-14 ਲੀਟਰ ਤੇ ਜਿਹੜਾ ਹੈਗਾ ਮਾਸ਼ਾਅੱਲਾ ਪਲੀ ਪਲੋਸੀ ਤੇ ਜਿਹੜਾ ਦੋਸਤ ਵੀਰ ਭਰਾ ਲਿਆਵੇਗਾ ਇਹਦੀ ਖਿਦਮਤ ਕਰੇਗਾ ਕਮ ਅਜ਼ ਕਮ ਜਿਹੜਾ ਹੈਗਾ ਨਾ 16-18 ਲੀਟਰ ਜਿਹੜਾ ਇਹਦੇ ਮੂੰਹ ਤੇ ਪੈਂਦਾ। ਮਾਸ਼ਾਅੱਲਾ ਜਿੱਡਾ ਭਾਂਡਾ ਹੋਵੇ ਤੇ ਮਾਸ਼ਾਅੱਲਾ ਉਹਨਾਂ ਦੁੱਧ ਦੱਸੀਏ ਤੇ ਸਾਡੇ ਦੋਸਤ ਵੀਰ ਭਰਾ ਉਹਨਾਂ ਦੀ ਵੀ ਮਨ ਚ ਸਮਝ ਚ ਆਉਂਦਾ ਹੈ ਤੇ ਜੇ ਅਸੀਂ ਕਿਲੋ ਵਾਲੇ ਭਾਂਡੇ ਚ 5 ਕਿਲੋ ਦੱਸੀ ਜਾਈਏ ਉਹ ਤਾਂ ਗੱਲ ਨਹੀਂ ਨਾ ਕੱਲ ਨੂੰ ਤੁਸੀਂ ਬਿਆਨਾ ਕਰ ਦਿਓ ਫਿਰ ਲੱਗਣਾ ਕੋਈ ਨਿਕਲੇ 2 ਕਿਲੋ ਤੇ ਫਿਰ ਬੰਦਾ ਅੱਛਾ ਨਹੀਂ ਲੱਗਦਾ। ਅੱਛਾ ਨਹੀਂ ਲੱਗਦਾ ਉਹਨਾਂ ਹੀ ਦੱਸਣਾ ਬਿਲਕੁਲ ਤੂੰ 16 ਲੀਟਰ ਹੋਵੇਗਾ। ਠੀਕ ਹੋ ਗਿਆ 12 ਲੀਟਰ ਨਹੀਂ ਹੋਵੇਗਾ। ਅੱਛਾ ਜੇ ਸਾਡਾ ਕੋਈ ਦੋਸਤ ਵੀਰ ਭਰਾ ਤੈਨੂੰ ਇਹਦਾ ਕਰਾ ਦਿੰਦਾ ਬਿਆਨਾ ਕੋਈ 50,000,00,000 ਉਹ ਕਹਿੰਦਾ ਕਿ ਚੋਟੀ ਸੂਈ ਤੋਂ ਲੈ ਜਾਂਗੇ ਤੇ ਆਪਾਂ ਠੱਲ ਲਾਂਗੇ ਕਿਉਂ ਆਪਾਂ ਪੈਸੇ ਲੈਣੇ ਹੋਣੇ ਨੇ ਖਰੇ ਤੇ ਮਾਲ ਦੇਣਾ ਖਰਾ। ਠੀਕ ਹੋ ਗਿਆ ਜੀ ਹੁਣ ਇਹਦੀ ਉਹਨਾਂ ਕੋਲ ਮੁਹੱਬਤਾਂ ਵਾਲੀ ਡਿਮਾਂਡ ਸੋਹਣੀ ਮਾਝੇ ਮਾਸ਼ਾਅੱਲਾ ਖੁੱਲਾ ਡੁੱਲਾ ਪੁੱਠਾ 3-3 ਫੁੱਟ ਪੁੱਠਾ ਹਰ ਚੀਜ਼ ਕੈਮਰੇ ਦੀ ਨਜ਼ਰ ਲੈਣ ਦੇਣ ਦੇ ਮੁਕੱਦਰ। ਅੱਛਾ ਮੇਰਾ ਵੀਰ ਕੀ ਮੁਹੱਬਤਾਂ ਵਾਲੀ ਡਿਮਾਂਡ ਹੈ ਇਹਦਾ ਬਈ 6 ਲੱਖ ਰੁਪਇਆ ਡਿਮਾਂਡ ਕਰਨੇ ਆ। ਠੀਕ ਹੋ ਗਿਆ ਜੀ ਜਿਹੜੇ ਤੁਹਾਡੇ ਕੋਲ ਲੈਣੇ ਹੈਗੇ। ਅੱਛਾ ਜੀ 6 ਲੱਖ ਰੁਪਇਆ ਡਿਮਾਂਡ ਹੈ। ਠੀਕ ਹੋ ਗਿਆ ਮੇਰਾ ਵੀਰ। ਅੱਛਾ 6 ਲੱਖ ਚੋਂ ਸਾਡਾ ਕੋਈ ਦੋਸਤ ਵੀਰ ਭਰਾ ਮੌਕੇ ਤੇ ਆਉਂਦਾ ਹੈ ਤੇ ਉਹਦੇ ਨਾਲ ਕੀ ਪਿਆਰ ਮੁਹੱਬਤ ਕਰੋਗੇ? ਪਿਆਰ ਮੁਹੱਬਤ ਅਸੀਂ ਐਡੀ ਦੂਰੋਂ ਚੱਲ ਕੇ ਆਏ ਹਾਂ ਦਰਿਆ ਤੇ ਆਏ ਹਾਂ ਤੇਲ ਸਾੜ ਕੇ ਆਏ ਹਾਂ ਦੋਸਤਾਂ ਵੀਰਾਂ ਭਰਾਵਾਂ ਵਾਸਤੇ ਅਨਮੋਲ ਤੋਹਫੇ ਲੈ ਕੇ ਆਈਦੇ ਨੇ ਤੇ ਦੋਸਤਾਂ ਵੀਰਾਂ ਭਰਾਵਾਂ ਵਾਸਤੇ ਮਿਹਨਤ ਕਰੀ ਦੀ ਜਿਹੜਾ ਵੀਰ ਲੈ ਗਿਆ ਯਾਦਗਾਰ ਸੀ ਤੇ ਕੋਈ 20,000 ਰੁਪਇਆ ਆਪਾਂ ਉਹਨਾਂ ਨੂੰ ਕੰਮ ਫਾਈਨਲ 20,000 ਕਰ ਦਾਂਗੇ। ਠੀਕ ਹੋ ਗਿਆ ਜੀ 20,000 ਰੁਪਇਆ ਜੀ ਪਿਆਰ ਮੁਹੱਬਤ ਹੋਵੇਗਾ ਫਾਈਨਲ ਜਿਹੜਾ ਰੇਟ ਹੈਗਾ 5,80,000 ਰੁਪਇਆ ਫਾਈਨਲ ਰੇਟ ਹੈ ਜਿਹੜੇ ਦੋਸਤ ਵੀਰ ਭਰਾ ਨੂੰ ਇਹ ਪਿਓਰ ਨੀਲੀ ਦੀ ਸਰਦਾਰ ਝੋਟੀ ਚਾਹੀਦੀ ਹੋਵੇ ਉਹ ਆਪਣੇ ਨਾਲ ਕਰ ਸਕਦਾ ਰਾਬਤਾ। ਆਪਣਾ ਵਟਸਐਪ ਨੰਬਰ ਹੁੰਦਾ 0384-4267-285 ਇਹੋ ਆਪਣਾ ਵਟਸਐਪ ਅਤੇ ਈਮੋ ਦਾ ਨੰਬਰ ਹੈ ਇਸੇ ਨੰਬਰ 'ਤੇ ਰਾਬਤਾ ਕਰਨਾ। ਮਿਲਾਂਗੇ ਇੱਕ ਬਿਹਤਰੀਨ ਵੀਡੀਓ ਨਾਲ ਆਪਣੇ ਮੇਜ਼ਬਾਨ ਮੁਹੰਮਦ ਜਵੇਦ ਨੂੰ ਦੇਣੀ ਇਜਾਜ਼ਤ ਮਾਰਨੇ ਹੁਣ ਨਾਰਾ ਅੱਲਾ ਨਿਗਹਿਬਾਨ ਪਾਕਿਸਤਾਨ ਜ਼ਿੰਦਾਬਾਦ ਪਾਕ ਆਰਮੀ ਜ਼ਿੰਦਾਬਾਦ।